अस्सलाम वालेकुम। वालेकुम सलाम सर, की नाम अपना? शहजाद। केड़ी जगह तो आए ने? सखर को। सखर तो? जी 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 सर। है गाय केड़ी नस्ल दी है? ए क्रास नस्ल दी है। क्रास क्रास। दूध की नायदा एक टाइम दा? दूध दईदा है 8 किलो एक टाइम दा। एक टाइम दा बच्चे नु पिया के? हां बच्चे नु पिला। एदा बच्चा केड़ा? बच्चा ए सामने खड़ा है। एस फैट। हां अच्छा बच्चा माशाल्लाह खूबसूरत है गाय दा। और गाय केड़ी नस्ल दी? ए सी क्रास। क्रास कादा? कादा क्रास? क्रास रोज एक कल्ली क्रास होगी खड़ी खड़ी? जर्सी दा क्रास है। अच्छा जर्सी दा क्रास। जी 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 सही। चल अच्छा, एदा दूध जने के 16 किलो दे रही है? 16 किलो। 16 किलो बिल्कुल। ए तुसी हुन बेची है या रही है? खरीदी है? असा खरीदी है। खरीदी है। अच्छा वेचन दा है प्रोग्राम? ना ना मैं घर रखे सब भाने। अच्छा चलो आगे आ जाओ। हां हां तुसी सारे खरीद इथे खरीदण आए ने? खरीदण आए असा। खरीद के उथे बेचंदे हां भाने ते रखे ने। अच्छा हां जी जी। आ थले दो बच्चे चुंगी आ रहे ने? हां चुंगे। शरीफ है ना, गरीब है ना भाई, इनू चार बच्चे चुगे तक खड़ी रहा से। अच्छा हां हां ए केड़ी नस्ल है गी है? ए मिक्स है, 44 मिक्स है। अच्छा हां ए दोस्तों तुसी देख सकते हो गाय नु दो। शरीफ है, बड़ी शरीफ है भाई। ਇਹ ਤਾਂ ਤੁਸੀਂ ਛੋਟੇ ਬੱਚੇ ਪਾਲ ਸਕਦੇ ਹੋ ਜਿਹੜੇ ਬਲੈਤੀ ਹੋ ਵਿਕਦੇ ਨੇ ਨਿੱਕੇ ਨਿੱਕੇ 6-6 ਹਜ਼ਾਰ ਦੇ 5-5 ਹਜ਼ਾਰ ਦੇ। ਉਹ ਅਸਰ ਸੰਦੇ ਜਟਰਨ ਦੇ ਨਹੀਂ। ਹਾਂ ਹਾਂ। ਅੱਛਾ ਅਸਾਂ ਦੇਸੀ ਗਾਂ ਖਰੀਦੇ ਖਰੇਂਗੋ। ਅੱਛਾ ਜਰਸੀ ਜੇ ਕੇ ਜਟਰਨ ਦੀ ਮੱਛਰ ਹੈ ਨਾ, ਗਰਮੀ ਉਥੇ। ਸਹੀ ਸਹੀ। ਅੱਛਾ ਇਹ ਗਾਏ ਦਾ ਜਿਹੜੇ ਬੜੀ ਸ਼ਰੀਫ ਗਾਏ ਹੈਗੀ ਹੈ, ਦੋਨੋਂ ਦੁੱਧ ਪਿਆ ਰਹੀ ਹੈ, ਕਿੰਨੇ ਦੀ ਹੈ? ਇਹ ਅਸਾਂ ਕੀਤੀ ਹੈ 70,000 ਦੀ। ਖਰੀਦੀ ਹੈ? ਹਾਂ ਖਰੀਦੀ ਹੈ। ਚਲੋ ਵੇਚਣੀ ਤਾਂ ਤੁਸੀਂ ਹੈ ਨਹੀਂ। ਹਾਂ ਜੀ ਜੀ ਠੀਕ ਹੋ ਗਿਆ। ਇਹ ਜਿਹੜੀ ਗਾਏ ਦੀ ਕੀ ਸੂਰਤ ਹੈ? ਇਸ ਦਾ ਦੁੱਧ ਹੈ 5 ਕਿਲੋ ਟਾਈਮ ਦਾ। ਅੱਛਾ ਹਾਂ ਜੀ ਜੀ। ਤੇ ਇਹ ਜਿਹੜੀ ਆ ਇਹਦਾ ਕੀ ਰੇਟ ਸ਼ੇਟ ਆ? ਇਹ ਕੀਤੀ ਹੈ 75,000 ਦੀ। ਅੱਛਾ ਇਹ ਸਾਰੀਆਂ ਰੋਈ ਦੀਆਂ ਨੇ? ਰੋਈ ਦੀਆਂ ਰੋਈ ਦੀਆਂ ਰੋਈ। ਅੱਛਾ ਔਰ ਇਹ ਜਿਹੜੀ ਕਾਲੀ ਆ ਇਹ ਕੀਤੀ ਹੈ 65,000 ਦੀ। ਇਹਦਾ ਵੀ ਬੱਚਾ ਹੈ? ਹਾਂ ਬੱਚਾ ਹੈ ਪਰ ਨਾਲ ਖੜਾ ਹੈ। ਸਹੀ ਹੈ ਦੋਸਤੋ, ਦੇਖ ਸਕਦੇ ਹੋ ਇੱਥੇ ਸਿਰਫ ਪਰਚੇਜ਼ਿੰਗ ਵਾਸਤੇ ਆਏ ਨੇ। ਸਿੰਧ ਚੋਂ ਕਿਹੜੇ ਸ਼ਹਿਰ ਚੋਂ ਆਏ ਨੇ? ਸੱਖਰ ਗੋਟਕੀ। ਸੱਖਰ ਔਰ ਗੋਟਕੀ? ਜੀ 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 ਬਿਲਕੁਲ ਬਾਰਡਰ ਦੇ ਨਾਲੋਂ। ਜੀ 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 ਪੰਜਾਬ ਦੇ ਬਾਰਡਰ ਦੇ ਨਾਲ ਹੀ ਮੇਰਾ ਖਿਆਲ। ਹਾਂ ਪਰ ਉਹਦਾ ਪਰਲੇ ਪਾਸੇ ਆ ਸਫੈਦ। ਇਹ ਸਫੈਦ ਕਿਹੜੀ ਨਸਲ ਹੈ? ਇਹ ਧੰਨੀ ਕਰਾਸ ਹੈ। ਅੱਛਾ ਇਹ ਧੰਨੀ ਕਰਾਸ ਹੈ। ਥੋੜਾ ਦੂਰ ਰਹੋ, ਥੋੜਾ ਦੂਰ ਰਹੋ, ਥੋੜੀ ਖਤਰਨਾਕ ਲੱਗਦੀ ਹੈ। ਨਾ ਨਾ ਸ਼ਰੀਫ ਕੁਝ ਨਹੀਂ ਆਖਦੀ। ਇਹਦੇ ਰਾਦੇ ਡੇ ਅੱਛੇ ਨਹੀਂ ਲੱਗਦੇ ਮੈਨੂੰ। ਹਾਂ ਜੀ ਜੀ ਜੀ। ਅੱਛਾ ਇਹਦਾ ਦੁੱਧ ਕਿੰਨਾ? ਇਹਦਾ ਦੁੱਧ 5 ਕਿਲੋ ਹੈ। ਹਾਏ 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 5 ਕਿਲੋ। 5 ਹਾਏ 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 5 ਕਿਲੋ ਇੱਕ ਟਾਈਮ ਦਾ? ਇੱਕ ਟਾਈਮ ਦਾ। ਇੱਕ ਟਾਈਮ ਦਾ ਬਿਲਕੁਲ। ਅੱਛਾ ਤੁਹਾਡਾ ਨਾਮ ਕੀ ਹੈ? ਸ਼ਹਿਜ਼ਾਦ। ਸ਼ਹਿਜ਼ਾਦ। ਸ਼ਹਿਜ਼ਾਦ ਮਲਿਕ। ਸ਼ਹਿਜ਼ਾਦ ਮਲਿਕ। ਜੀ ਜੀ। ਅੱਛਾ ਸਿੰਧ ਚ ਤੁਸੀਂ ਆਏ ਨੇ, ਜ਼ਰਾ ਕੈਮਰੇ ਦੇ ਅੱਗੇ ਵੀ ਆਓ। ਜੀ 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 ਇੱਥੇ। अच्छा सिंध दे इलाके च जिथों ਤੁਸੀਂ ਆਏ ਹੋ ਕਿਹੜਾ ਕੀ ਨਾਮ ਦੱਸਿਆ ਸ਼ਹਿਰ ਦਾ? ਗੋਟਕੀ। ਗੋਟਕੀ ਦੇ ਵਿੱਚ ਜਾਂ ਤੁਹਾਡੇ ਗਿਰਦੋ ਨਵਾਜ ਅਗਰ ਕੋਈ ਤੁਹਾਨੂੰ ਮਾਲ ਲੈਣਾ ਚਾਹੁੰਦਾ? ਜੀ ਜੀ। ਤੇ ਮਾਲ ਦੇ ਸਕਦੇ ਹੋ? ਦੇ ਸਕਦੇ ਹੋ, ਬਿਲਕੁਲ ਦੇ ਸਕਦੇ ਹੋ। ਨੰਬਰ ਬੋਲੋ ਆਪਣਾ, ਫੋਨ ਨੰਬਰ, ਮੋਬਾਈਲ ਨੰਬਰ ਜਿਹੜਾ ਤੁਹਾਡੇ ਕੋਲ ਹੈਗਾ। ਜੀ 0303-98-56-19। ਦੁਬਾਰਾ ਬੋਲੋ। 0303-98-56-19। 98-56। ਹਾਂ 019। 019 ਸਹੀ। ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ। ਉਸਦਾ ਤਾਂ ਨਹੀਂ, ਉਸਦਾ ਕੱਢਣਾ। ਅੱਛਾ ਚਲੋ ਆ ਜਾਓ, ਉਹਦਾ ਵੀ ਉਹਦਾ ਵੀ ਬਣਾ ਲੈਣੇ। ਅੱਛਾ ਜੀ, ਇਹ ਜਿਹੜੀ ਇਹ ਇਹ ਕਿਹੜੀ ਨਸਲ ਹੈ? ਚੋਲਿਸਤਾਨ। ਇਹ ਵੈਸੇ ਜਵਾਨ ਹੈ? ਹਾਂ ਪਹਿਲਾਂ ਨੇ। ਪਹਿਲਾਂ ਪਹਿਲਾਂ ਨੇ? ਹਾਂ ਪਹਿਲਾਂ ਨੇ। ਹਾਂ ਇਹਦਾ ਦੁੱਧ ਕਿੰਨਾ ਵੈਸੇ? ਇਹਦਾ 5 ਕਿਲੋ ਹੈ ਇੱਕ ਟਾਈਮ ਦਾ। ਇੱਕ ਟਾਈਮ ਦਾ ਬੱਚੇ ਨੂੰ ਪਿਆ ਕੇ? ਬੱਚੇ ਨੂੰ ਪਿਲਾ ਕੇ। ਅੱਛਾ ਇਹਦਾ ਕੀ ਮੰਗ ਰਹੇ ਹੋ? ਇਸਦਾ ਮੰਗ ਦੋ 1,10,000। ਅੱਛਾ ਔਰ ਇਹਨੂੰ ਜ਼ਰਾ ਸਾਈਡ ਤੇ ਕਰੋ ਨਾ, ਇਹ ਤੁਹਾਡੀ ਸ਼ਰੀਫ ਗਾਂ ਦੁਬਾਰਾ ਦਿਖਾ ਦੀ, ਮੈਨੂੰ ਬੜਾ ਅੱਛਾ ਲੱਗ ਰਿਹਾ। 2-3 ਓਹੋ ਯਾਰੇ ਓਹੋ ਯਾਰੇ ਕੀ ਕਰ ਰਹੀ ਹੈ? ਲੜਾਈ ਝਗੜਾ ਕਰ ਰਹੀ ਹੈ ਨਾ। ਅੱਛਾ ਅੱਛਾ ਸੁਰਾ ਘਾਟੀ ਇਹਨਾਂ ਦੀ? ਜੀ ਜੀ ਜੀ। ਅੱਛਾ 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 ਇਹਦਾ ਜ਼ਰਾ ਆ ਮੂੰਹ ਇਹਦਾ, ਉਹ ਪਰਲੀ ਉਹਨੂੰ ਡਿਸਟਰਬ ਕਰ ਰਹੀ ਹੈ ਨਾ। ਹਾਂ 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 ਬਿਲਕੁਲ ਬਿਲਕੁਲ। ਉਹ ਪਰੇਸ਼ ਇਹ ਛੋੜ ਦੇ ਤੁਸੀਂ, ਕਰ ਲਓ। ਇਹ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਰਾ ਕਿ ਇੱਕ ਗਾਏ ਦੇ ਥੱਲੇ ਦੋ ਬੱਚੇ ਪੈ ਰਹੇ ਨੇ ਔਰ ਠੀਕ ਇਹ ਦੇਖੋ ਜੀ। ਥੋੜਾ ਸੈਟ ਸਾਈਡ ਤੇ ਹਟੋ ਥੋੜਾ ਜਿਹਾ, ਬਸ ਇੱਥੇ ਛੱਡ ਦਿਓ। ਅੱਛਾ ਇਹ ਪਹਿਲੇ ਪੀਕ ਰੱਜ ਗਿਆ। ਇਹ ਦੋਸਤੋ ਦੇਖ ਸਕਦੇ ਤੁਸੀਂ, 3 ਬੱਚੇ ਦੁੱਧ ਪੀ ਰਹੇ ਨੇ। ਤੁਸੀਂ ਜਿਹੜੀ ਫਰਿਜ਼ ਨਸਲ ਦੀ ਗਾਂ ਦੇ ਛੋਟੇ ਛੋਟੇ ਬੱਚੇ ਵਿਕਦੇ ਨੇ ਉਹ ਲੈ ਸਕਦੇ ਹੋ, ਔਰ ਇਸ ਤਰ੍ਹਾਂ ਦੀ ਗਾਂ ਜੇ ਅਗਰ ਤੁਹਾਨੂੰ ਮਿਲ ਜਾਵੇ ਤਾਂ ਉੱਥੇ ਤੁਸੀਂ ਫ੍ਰੀ ਪਾਲ ਸਕਦੇ ਹੋ। ਇਹ 3 ਬੱਚਿਆਂ ਨੂੰ ਪਿਆ ਰਹੇ ਨੇ, ਕੋਈ ਪਰੇਸ਼ਾਨੀ ਨਹੀਂ ਹੈ।
ठीक है शहजाद भाई, मेहरबानी सर, मेहरबानी मेहरबानी, शुक्रिया सर। ऐ दोस्तों तुसी देख सकते हो शहजाद भाई गाय जी खरीदी आ और पैसे जड़े दे रहे हैं जितों खरीदी उन्होंने को इतों गड्डी भर के जी सिंध चला जाते हैं डैरकी वाली साइड से और कराची तक सप्लाई देंगे ने गाइया की। तो अगर किसी भी दोस्त जरूरत हो नंबर उन्होंने अपना शेयर कर दिता तो उन्होंने तुम राबता कर सकते हो और बहुत अच्छे ने रेट इन्हों के पहले भी असं एक वीडियो अपने चैनल के उपर अपलोड कर चुके हैं और काफ़ी ज़्यादा पसंद भी की लोगों ने, यह देख सकते हो। ठीक हो गया शहजाद भाई, मेहरबानी, ओके ओके ओके।